ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਤੁਹਾਡੀ ਹੋਸਟ ਆਸ਼ਮਿਤਾ ਅੱਜ ਮੈਂ ਪ੍ਰੋਗਰਾਮ ਇੱਕ ਸੈਡ ਨੋਟ ਤੇ ਸ਼ੁਰੂ ਕਰ ਰਹੀਆਂ ਮੇਰਾ ਸ਼ਹਿਰ ਮੇਰਾ ਸਿਟੀ ਜਿੱਥੇ ਮੈਂ ਆਪਣੀ ਪੂਰੀ ਜ਼ਿੰਦਗੀ ਬਤਾਈ ਹੈ ਉਹ ਜਲ ਰਿਹਾ ਹੈ ਉਹ ਇਸ ਜੋ ਨਵੀਂ ਕ੍ਰਾਈਸਿਸ ਜਿਨੇ ਪੂਰੇ ਯੂਨਾਈਟਿਡ ਸਟੇਟਸ ਨੂੰ ਜਕੜ ਲਿਆ ਹੈ ਉਹਦੇ ਥੱਲੇ ਹੂੰ ਸਟਰਗਲ ਕਰ ਰਿਹਾ ਹੈ ਐਂਡ ਇਹ ਸਿਰਫ ਖਾਲੀ ਨਿਊਯਾਰਕ ਸਿਟੀ ਵਿੱਚ ਨਹੀਂ ਹੋ ਰਿਹਾ ਇਹ ਪੂਰੇ ਯੂਨਾਈਟਿਡ ਸਟੇਟਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਟੈਸਟਸ ਰਾਈਟਿੰਗ ਲੂਟਿੰਗ ਇਸ ਤਰ੍ਹਾਂ ਦੀ ਅਹਿੰਸਾ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਹਫਤੇ ਤੋਂ ਇਹ ਚੀਜ਼ ਜਾਰੀ ਹੈ ਜਦੋਂ ਤੱਕ ਜਦੋਂ ਤੋ ਜਾਰਜ ਫਲੌਇਡ ਜੋ ਇੱਕ ਅਨਾਰਮਡ ਅਫਰੀਕਨ ਅਮਰੀਕਨ ਪੁਲਿਸ ਕਸਟਡੀ ਵਿੱਚ ਉਹਦਾ ਮਰਡਰ ਹੋਇਆ ਉਸ ਟਾਈਮ ਤੋਂ ਲੈ ਕੇ ਇਥੇ ਅੱਜ ਦੀ ਜੋ ਡਿਸਕਸ਼ਨ ਹੋਏਗੀ ਉਹ ਲੀਡਰਸ਼ਿਪ ਬਾਰੇ ਹੈ ਕਿ ਕ੍ਰਾਈਸਿਸ ਵਿੱਚ ਕਿਸ ਤਰ੍ਹਾਂ ਦੀ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਉਸ ਕ੍ਰਾਈਸਿਸ ਨੂੰ ਰਿਜ਼ੋਲਵ ਕਰਨ ਲਈ ਜਿੱਥੇ ਪੂਰੀ ਦੁਨੀਆ ਕੋਵਿਡ ਦੀ ਕ੍ਰਾਈਸਿਸ ਤੋਂ ਮੈਨੇਜ ਕਰ ਰਹੀ ਸੀ ਉਸ ਚੀਜ਼ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦਾ ਤਾਂ ਤੁਸੀਂ ਕਹਿ ਸਕਦੇ ਹੋ ਸਿੰਪਲ ਜਿਹਾ ਸੋਲੂਸ਼ਨ ਹੈ ਕਿ ਤੁਸੀਂ ਮੈਡੀਕਲੀ ਇਹ ਸਟੈਪਸ ਫਾਲੋ ਕਰਕੇ ਇਸ ਕ੍ਰਾਈਸਿਸ ਨੂੰ ਰਿਜ਼ੋਲਵ ਕਰ ਸਕਦੇ ਹੋ ਦੀ ਵੈਕਸੀਨ ਕੱਢ ਕੇ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹੋ ਜਿੱਥੇ ਇਕਨੋਮਿਕ ਕ੍ਰਾਈਸਿਸ ਹੋਈ ਉਸ ਤੋਂ ਬਾਅਦ ਉਹਦਾ ਵੀ ਹੱਲ ਸਿੰਪਲ ਨਹੀਂ ਸੀਗਾ ਬਟ ਐਕਸਪਲੇਨੇਸ਼ਨ ਸਿੰਪਲ ਸੀਗੀ ਥੈਟ ਲੋਕਾਂ ਦੀ ਜੌਬਸ ਗਈਆਂ ਉਹਨਾਂ ਦੇ ਬਿਜ਼ਨੈਸਸ ਬੰਦ ਹੋਏ ਤੇ ਤੁਸੀਂ ਇਕਨੋਮੀ ਨੂੰ ਰੀਸਟਾਰਟ ਕਰਨ ਲਈ ਇਹ ਇਹ ਸਟੈਪਸ ਤੁਸੀਂ ਕਰ ਸਕਦੇ ਹੋ ਬਟ ਜੋ ਹੁਣ ਇੱਕ ਕ੍ਰਾਈਸਿਸ ਨਵੀਂ ਕ੍ਰਾਈਸਿਸ ਇਸ ਕੰਟਰੀ ਨੂੰ ਛੇੜ ਰਹੀ ਹੈ ਸਿਵਲ ਸੋਸ਼ਲ ਅਨਰੈਸਟ ਉਸ ਚੀਜ਼ ਦਾ ਕੀ ਹੱਲ ਹੈ ਤੇ ਉਸ ਚੀਜ਼ ਦੇ ਵਿੱਚ ਸਾਡੇ ਜੋ ਲੀਡਰਸ ਹਨ ਉਹਨਾਂ ਦਾ ਕੀ ਰੋਲ ਹੈ ਉਹਨਾਂ ਦੀ ਕੀ ਰਿਸਪੌਂਸਿਬਿਲਟੀ ਬਣਦੀ ਹੈ ਕ੍ਰਾਈਸਿਸ ਵਿੱਚ ਲੀਡ ਕਰਨ ਦੀ ਅਨ ਜਿੱਥੇ ਲੀਡਰਸ ਜਦੋਂ ਕ੍ਰਾਈਸਿਸ ਵਿੱਚ ਨਹੀਂ ਲੀਡ ਕਰ ਸਕਦੇ ਉਹ ਇੱਕ ਆਪਣੇ ਆਪ ਦੀ ਹੋਰ ਪ੍ਰੋਬਲਮ ਬਣ ਜਾਂਦੀ ਹੈ ਤੇ ਉਹਦਾ ਹੱਲ ਕਮਿਊਨਿਟੀ ਤੋਂ ਆਣਾ ਚਾਹੀਦਾ ਹੈ ਕਮਿਊਨਿਟੀ ਦੇ ਸਿਰ ਤੇ ਉਹ ਫਰਜ਼ ਬਣ ਜਾਂਦਾ ਹੈ ਫਿਰ ਕਿ ਜਿੱਥੇ ਤੁਹਾਡੇ ਲੀਡਰਸ ਤੁਹਾਨੂੰ ਲੀਡ ਨਹੀਂ ਕਰ ਰਹੇ ਕਮਿਊਨਿਟੀ ਦੇ ਪਾਵੇਂ ਉਹ ਰਿਲੀਜੀਅਸ ਲੀਡਰਸ ਹੋਣ ਹੋਰ ਕਮਿਊਨਿਟੀ ਲੀਡਰਸ ਹੋਣ ਜਾਂ ਬਿਜ਼ਨਸ ਪ੍ਰੋਫੈਸ਼ਨਲਸ ਹੋਣ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਲੋਕਲ ਲੈਵਲ ਤੇ ਲੀਡ ਕਰਨਾ ਕ੍ਰਾਈਸਿਸ ਦੇ ਥਰੂ ਜਿੱਥੇ ਵੱਡੀ ਲੀਡਰਸ਼ਿਪ ਫੇਲ ਹੋ ਚੁੱਕੀ ਹੈ ਅਮ ਯੂਨਾਈਟਿਡ ਸਟੇਟਸ ਵਿੱਚ ਜਿਸ ਤਰ੍ਹਾਂ ਇਹ ਜੋ ਪ੍ਰੋਟੈਸਟ ਬਲੈਕ ਲਾਈਵਸ ਮੈਟਰ ਜਾਂ ਆਫਰੀਕਨ ਅਮਰੀਕਨਸ ਨਾਲ ਜੋ ਰੇਸਿਜ਼ਮ ਹੋ ਰਹੀ ਹੈ ਉਸ ਚੀਜ਼ ਤੇ ਹਰ ਇੱਕ ਬੰਦੇ ਦਾ ਰਿਸਪਾਂਸ ਨਿਕਲ ਰਿਹਾ ਬਟ ਕੁਝ ਰਿਸਪਾਂਸ ਜੇ ਅਪਨ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਉਹਨਾਂ ਵੱਲੋਂ ਵੀ ਸਾਨੂੰ ਦੇਖਣ ਨੂੰ ਮਿਲੇ ਫੋਰ ਏਗਜ਼ਾਮਪਲ ਨੈਂਸੀ ਪੈਲੋਸੀ ਜੋ ਲੀਡਰ ਆਫ ਦਾ ਹਾਊਸ ਹੈਗੀ ਤੁਸੀਂ ਕਹਿ ਸਕਦੇ ਹੋ ਕਿ ਪ੍ਰੈਜ਼ੀਡੈਂਟ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ ਤੀਜੀ ਪੋਜੀਸ਼ਨ ਨੈਂਸੀ ਪੈਲੋਸੀ ਦੀ ਆਂਦੀ ਐਸ ਸਪੀਕਰ ਆਫ ਦਾ ਹਾਊਸ ਉਹਨਾਂ ਦੇ ਵੱਲੋਂ ਸਟੇਟਮੈਂਟ ਉਹਨਾਂ ਦਿੱਤੀ ਥੈਟ ਟਰੰਪ ਸ਼ੁੱਡ ਬੀ ਅ ਹੀਲਰ ਇਨ ਚੀਫ ਜਿੱਥੇ ਪ੍ਰੈਜ਼ੀਡੈਂਟ ਨੂੰ ਕਮਾਂਡਰ ਇਨ ਚੀਫ ਕਿਹਾ ਜਾਂਦਾ ਹੈ ਪਲੋਸੀ ਕਹਿ ਰਹੀ ਹੈ ਕਿ ਉਹਨੂੰ ਹੀਲ ਕਰਨ ਦੀ ਲੋੜ ਹੈ 트럼ਪ ਨੂੰ ਹੀਲ ਕਰਨ ਦੀ ਇਸ ਇਸ ਪੂਰੇ ਕੰਟਰੀ ਨੂੰ ਜੋੜਨ ਦੀ ਲੋੜ ਹੈ ਇਸ ਕ੍ਰਾਈਸਿਸ ਤੋਂ ਅੱਗੇ ਲਿਖਿੰਦੋ ਅਗਰ ਤੁਸੀਂ ਜਾਰਜ ਡਬਲਿਊ ਬੁਸ਼ ਜੋ ਫਾਰਮਰ ਪ੍ਰੈਜ਼ੀਡੈਂਟ ਰਹਿ ਚੁੱਕੇ ਹਨ ਉਹਨਾਂ ਦੇ ਵੱਲੋਂ ਦੇਖੋ ਉਹਨਾਂ ਦਾ ਰਿਸਪੌਂਸ ਵੀ ਇਹੀ ਰਿਹਾ ਹੈ ਕਿ ਜੋ ਇਹ ਇੱਕ ਹੋਰ ਕ੍ਰਾਈਸਿਸ ਡਿਵੈਲਪ ਹੋ ਰਹੀ ਹੈ ਉਹਦਾ ਜੋ ਰਿਸਪੌਂਸ ਹੈ ਸ਼ੌਕਿੰਗ ਹੈ ਕਿ ਸਾਨੂੰ ਇਸ ਮਿਸਟਰੀਟਮੈਂਟ আফ্রিকান Americans ਦੇ ਨਾਲ ਜੋ ਇਸ ਕੰਟਰੀ ਚ ਹੋ ਰਿਹਾ ਹੈ ਜਿਹਦੀ ਇਤਿਹਾਸ ਵਿੱਚ ਅ ਪੈਟਰਨ ਬਣਿਆ ਹੋਇਆ ਉਸ ਚੀਜ਼ ਨੂੰ ਦੇਖ ਕੇ ਸਾਨੂੰ ਸ਼ਰਮ ਆਣੀ ਚਾਹੀਦੀ ਹੈ इवन ਫਾਰਮਰ ਪ੍ਰੈਜ਼ੀਡੈਂਟ ਬਰਾਕਾ ਬਾਮਾ ਨੇ ਵੀ ਇਸ ਈਸ ਤੇ ਕਮੈਂਟ ਦਿੱਤਾ ਐਂਡ ਉਹਨਾਂ ਦਾ ਕਮੈਂਟ ਤੁਸੀਂ ਕਹਿ ਸਕਦੇ ਹੋ ਸਭ ਤੋਂ ਜ਼ਿਆਦਾ ਐਕਸ਼ਨ ਔਰੀਐਂਟਡ ਸੀਗਾ ਕਿ ਪ੍ਰੋਟੈਸਟਸ ਜ਼ਰੂਰੀਆਂ ਪੀਸਫੁਲ ਪ੍ਰੋਟੈਸਟ ਦੀ ਬਹੁਤ ਲੋੜ ਹੈ ਬਟ ਸਭ ਤੋਂ ਜ਼ਿਆਦਾ ਤੁਸੀਂ ਇੰਪੈਕਟ ਪਾ ਸਕਦੇ ਹੋ ਅਗਰ ਤੁਸੀਂ ਇਨਵੋਲਵ ਹੋਵੋ ਅਗਰ ਤੁਸੀਂ ਵੋਟ ਪਾਉ बिकॉज ਵਾਂਸ ਅਗੇਨ ਇਹ ਇਲੈਕਸ਼ਨ ਦਾ ਸਾਲ ਹੈ ਤੇ ਇਲੈਕਸ਼ਨਸ ਭਾਵੇਂ ਪ੍ਰਾਈਮਰੀਜ਼ ਜੋ ਹੋਣੇ ਚੱਲ ਰਹੀਆਂ ਜਾਂ ਫੈਡਰਲ ਇਲੈਕਸ਼ਨ ਇਸ ਸਾਲ ਹੋ ਰਿਹਾ ਉਹਦੇ ਚ ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ ਹੋਰ ਲੀਡਰਸ ਤੋਂ ਜਦੋਂ ਸਟੇਟਮੈਂਟਸ ਇਸ ਚੀਜ਼ ਬਾਰੇ ਆਪਾਂ ਰਿਸਰਚ ਕੀਤੀ ਤੇ ਵਾਈਸ ਪ੍ਰੈਜ਼ੀਡੈਂਟ ਫਾਰਮਰ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਵੀ ਇੱਕ ਸਪੀਚ ਜੋ ਉਹਨਾਂ ਨੇ ਕੱਲ ਡਿਲੀਵਰ ਕੀਤੀ ਸੀ ਉਹ ਵੀ ਇਸ ਚੀਜ਼ ਵਿੱਚ ਫੈਕਟਰ ਹੁੰਦੀ ਹੈ ਭਾਵੇਂ ਉਹ ਸਿਰਫ ਪ੍ਰੈਜ਼ੀਡੈਂਟ ਦੀ ਸੀਟ ਲਈ ਲੜ ਰਹੇ ਹਨ ਉਹਨਾਂ ਨੂੰ ਲੀਡਰ ਦੀ ਤੌਰ ਤੇ ਦੇਖਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਉਹਨਾਂ ਨੇ ਸਪੀਚ ਦਿੱਤੀ ਇਸ ਪੂਰੀ ਸਿਚੁਏਸ਼ਨ ਇਸ ਪ੍ਰੋਟੈਸਟ ਨੂੰ ਲੈ ਕੇ I can't breathe I can't breathe George Floyd's last words, but they didn't die with him. They're still being heard, echoing all across this nation. They speak to a nation where, too often, just the color of your skin puts your life at risk. They speak to a nation where more than 100,000 people have lost their lives to the virus and 40 million have filed for unemployment. With a disproportionate number of those deaths and job losses concentrated in black and brown communities. And they speak to a nation where every day millions of people, <clears throat> millions, not at the moment of losing their life, but in the course of living their life, are saying to themselves, I can't breathe. It's a wake up call to our nation, in my view. It's for all of us. The soul of this nation has been a constant push and pull. For more than 240 years. A tug of war between the American ideal that we're all created equal and the harsh reality that racism has long torn us apart. The honest truth is that both elements are part of the American character. Both elements. At our best, the American ideal wins out. But it's never a rout, it's always a fight. And the battle is never fully won. But we can't ignore the truth that we're at our best when we open our hearts rather than clench our fists. ਏ ਸੀਗੇ ਜੋ ਬਾਈਡਨ ਫਾਰਮਰ ਵਾਈਸ ਪ੍ਰੈਜ਼ੀਡੈਂਟ ਐਂਡ ਕਰੰਟ ਕੈਂਡੀਡੇਟ ਫॉर ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਦੀ ਸਪੀਚ ਜੋ ਇਹਨਾਂ ਨੇ ਕੱਲ ਦਿੱਤੀ ਫਿਲਡਲਫੀਆ ਵਿੱਚ ਜਿਹਦੇ ਤੁਸੀਂ ਸੁਣ ਸਕਦੇ ਹੋ ਕਿ ਕੋਈ ਇਹ ਓਬਵੀਅਸ ਆਨਸਰ ਨਹੀਂ ਦੇ ਰਿਹਾ ਬਿਕੋਜ਼ ਕੋਈ ਈਜ਼ੀ ਆਨਸਰ ਹੈਗਾ ਨਹੀਂ ਇਸ ਪ੍ਰੋਬਲਮ ਲਈ ਬਟ ਫਿਰ ਵੀ ਕੋਸ਼ਿਸ਼ ਇਹ ਹੈ ਥੈਟ ਤੁਸੀਂ ਲੋਕਾਂ ਨੂੰ ਜੋੜੋ ਜੋ ਚੀਜ਼ਾਂ ਇਸ ਕੰਟਰੀ ਨੂੰ ਡਿਵਾਈਡ ਕਰ ਰਹੀਆਂ ਉਹਨਾਂ ਦੇ ਅੱਗੇ ਆਪਾਂ ਹਟ ਕੇ ਜੋੜਨ ਦੀ ਗੱਲ ਕਰੀਏ ਅ ਬਟ ਜਿੱਥੇ ਇਹ ਸਾਰੇ ਲੀਡਰਸ ਜੋ ਆਪਣੇ ਰਾਈਟ ਵਿੱਚ ਇੰਪੋਰਟੈਂਟ ਜ਼ਰੂਰ ਹਨ ਬਟ ਐਟ ది ਐਂਡ ਆਫ ਦਿ ਡੇ ਉਹਨਾਂ ਦੀ ਆਪੋਜੀਸ਼ਨ ਨਹੀਂ ਹੈ ਜੋ ਪ੍ਰੈਜ਼ੀਡੈਂਟ 트ੰਪ ਦੀ ਹੈ ਉਹਨਾਂ ਦੇ ਵੱਲੋਂ ਇਹ ਰਿਸਪਾਂਸ ਜ਼ਰੂਰ ਸੀਗੇ ਬਟ ਪ੍ਰੈਜ਼ੀਡੈਂਟ 트ੰਪ ਵੱਲੋਂ ਜਿੱਥੇ ਸਾਰੇ ਲੀਡਰਸ ਕੱਲ ਸਪੀਚਾਂ ਤੇ ਆਪਣੇ ਸਟੇਟਮੈਂਟਸ ਦੇ ਰਹੇ ਸੀ ਪ੍ਰੈਜ਼ੀਡੈਂਟ 트럼ਪ ਕੱਲ ਵਾਸ਼ਿੰਗਟਨ ਡੀਸੀ ਵਿੱਚ ਇੱਕ ਫੋਟੋ ਓਪਰਚੁਨਿਟੀ ਲੇਕ ਫੋਟੋਆਪ ਇਕ ਪਿਕਚਰ ਖਿਚਣ ਲਈ ਇੱਕ ਚਰਚ ਅੱਗੇ ਉਹਨਾਂ ਨੇ ਆਪਣੀ ਫੋਰਸਸ ਨੂੰ ਯੂਜ਼ ਕਰਕੇ ਪੀਸਫੁਲ ਪ੍ਰੋਟੈਸਟਰਸ ਨੂੰ ਹਟਾਇਆ ਉਸ ਚਰਚ ਦੇ ਅੱਗੇ ਤੁਹਾਨੂੰ ਮੈਂ ਹੁਣ ਇੱਕ ਵੀਡੀਓ ਦਿਖਾਉਣ ਜਾ ਰਹੀ ਹਾਂ ਮੈਂ ਡਿਸਕਲੇਮਰ ਦੇਣਾ ਚਾਹੁੰਦੀ ਹਾਂ ਕਿ ਇਹ ਵੀਡੀਓ ਬਹੁਤ ਹੀ ਗ੍ਰਾਫਿਕ ਹੈ ਇਹ ਵੀਡੀਓ ਹੈਗੀ ਉਸ ਚਰਚ ਦੇ ਅੱਗੇ ਜਿੱਥੇ ਪੀਸਫੁਲ ਪ੍ਰੋਟੈਸਟਰਸ ਵਾਸ਼ਿੰਗਟਨ ਡੀਸੀ ਵਿੱਚ ਪ੍ਰੋਟੈਸਟ ਕਰ ਰਹੇ ਸਨ ਤੇ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੀ ਸਿਕਿਉਰਿਟੀ ਫੋਰਸਸ ਨੇ ਟੀਅਰ ਗੈਸ ਕਰਕੇ ਹਟਾਇਆ ਤਾਂ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਪਿਕਚਰ ਖਿੱਚ ਸਕਣ ਤੁਸੀਂ ਹੁਣੇ ਵੀਡੀਓ ਦੇਖ ਸਕਦੇ ਹੋ ਪ੍ਰੋਟੈਸਟਰਸ ਵਾਸ਼ਿੰਗਟਨ ਡੀਸੀ ਦੇ ਇੱਕ ਚਰਚ ਅੱਗੇ ਖੜੇ ਸਨ ਉਹਨਾਂ ਨੂੰ ਉੱਥੇ ਦੀ ਪੁਲਿਸ ਫੋਰਸਸ ਨੇ ਟੀਅਰ ਗੈਸ ਯੂਜ਼ ਕਰਕੇ ਉੱਥੋਂ ਹਟਾਇਆ ਤਾਂ ਕਿ ਪ੍ਰੈਜ਼ੀਡੈਂਟ ਟਰੰਪ ਇਹ ਪਿਕਚਰ ਖਿੱਚ ਸਕਣ ਬਾਈਬਲ ਦੇ ਨਾਲ ਇਸ ਪਿਕਚਰ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਪੀਚ ਵੀ ਦਿੱਤੀ ਜਿਹਦੇ ਵਿੱਚ ਤੁਹਾਨੂੰ ਜ਼ਿਆਦਾ ਜੋੜਨ ਦੀ ਗੱਲ ਤੋਂ ਬਜਾਏ di gal, sunan nu A speech bi sunne Kal President Trump ne If it is necessary to defend the life and property of their residents, then I will deploy the United States military and quickly solve the problem for them. I am also taking swift and decisive action to protect our great capital, Washington D.C. What happened in this city last night was a total. Disgrace. As we speak, I am dispatching thousands and thousands of heavily armed soldiers, military personnel, and law enforcement officers to stop the rioting, looting, vandalism, assaults, and the wanton destruction of property. We are putting everybody on warning our 7 o'clock curfew will be strictly enforced. Those who threaten innocent life and property will be arrested, detained, and prosecuted to the fullest extent. fullest extent of the law. A uh, President Trump, the speech, which jee devichon. shared to see highlights. Aj news which we dekhi hoon ke President Trump ne aelan kita that the pura country ek dujinal social civil unrest. Jis kind di of unrest is country ne pishle pjaas ਉਸ ਅਨਰਾਸ਼ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਦਾ ਰਿਸਪੌਂਸ ਹੈ ਕਿ ਉਹ ਮਿਲਟਰੀ ਦੇ ਨੂੰ ਡਿਪਲੋਏ ਕਰਾਂਗੇ ਆਪਣੇ ਸਿਟੀਜ਼ਨਸ ਦੇ ਖਿਲਾਫ ਤੇ ਵਾਂਸ ਅਗੇਨ ਇਹ ਜੋ ਲੀਡਰਸ਼ਿਪ ਦਾ ਕੁਐਸਚਨ ਬੰਦਾ ਹੈ ਉਹਨੂੰ ਪੁੱਛਣ ਤੋਂ ਪਹਿਲੇ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਸਾਡੀ ਕਮਿਊਨਿਟੀ ਵਿੱਚੋਂ ਆਣੀ ਚਾਹੀਦੀ ਹੈ ਜਿੱਥੇ ਸਾਡੇ ਹੋਰ ਲੀਡਰਸ ਨਹੀਂ ਸਕਸੈਸਫੁਲ ਹੋਏ ਹਨ ਸਾਨੂੰ ਉਸ ਤੋਂ ਪਹਿਲੇ ਪੁੱਛਣਾ ਚਾਹੀਦਾ ਹੈ ਕਿਉਂ ਇਸ ਇਸ਼ੂ ਬਾਰੇ ਇਸ ਮਸਲੇ ਬਾਰੇ ਇਸ ਆਫਰੀਕਨ ਅਮਰੀਕਨ ਕਮਿਊਨਿਟੀ ਨਾਲ ਜੋ ਰੇਸਿਜ਼ਮ ਹੋ ਰਹੀ ਹੈ ਸਾਨੂੰ ਉਸ ਚੀਜ਼ ਬਾਰੇ ਕਿਉਂ ਵਰੀ ਹੋਣਾ ਚਾਹੀਦਾ ਹੈ ਕਿਉਂ ਉਸ ਕੌਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਕੀ ਹਿਸਟਰੀ ਕੀ ਉਹਨਾਂ ਦੀ ਦੇਨ ਹੈ ਸਾਡੀ ਕੌਮ ਲਈ ਅੱਜ ਦੀ ਡੇਟ ਵਿੱਚ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ ਇਸੇ ਤੇ ਸਾਡੀ ਗੱਲ ਹੋਏਗੀ ਇਥੇ ਛੋੜੀ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਅਸੀਂ ਗੈਸ ਲੈ ਕੇ ਆਏ ਹਾਂ ਜੋ ਸਾਡੇ ਨਾਲ ਐਕਸਪਰਟ ਤੌਰ ਤੇ ਇਸ ਵਿਸ਼ੇ ਤੇ ਗੱਲ ਕਰਨਗੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮੇਰੇ ਕੁਬਤ ਸਾਨੂੰ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਇਹੀ ਹੋ ਰਹੀ ਹੈ ਕਿ ਜਦੋਂ ਕ੍ਰਾਈਸਿਸ ਵਿੱਚ ਲੀਡਰਸ਼ਿਪ ਫੇਲ ਹੋ ਜਾਂਦੀ ਹੈ ਉਹ ਇੱਕ ਆਪਣੇ ਵਿੱਚ ਹੋਰ ਕ੍ਰਾਈਸਿਸ ਬਣ ਜਾਂਦੀ ਹੈ ਤੇ ਉਸ ਸਮੇਂ ਵਿੱਚ ਸਾਡੀ ਕੀ ਰਿਸਪੌਂਸਿਬਿਲਟੀ ਬਣਦੀ ਹੈ ਲੋਕਲ ਲੈਵਲ ਤੇ ਕਮਿਊਨਿਟੀ ਤੌਰ ਤੇ ਉਸ ਕ੍ਰਾਈਸਿਸ ਨੂੰ ਰਿਜ਼ੋਲਵ ਕਰਨ ਦੀ ਇੱਕ ਲੀਡਰ ਬਣ ਕੇ ਇਸ ਚੀਜ਼ ਤੇ ਥੋੜੀ ਜੀ ਸਾਨੂੰ ਬੈਕਗ੍ਰਾਉਂਡ ਦੀ ਗੱਲ ਕਰਨੀ ਚਾਹੀਦੀ ਹੈ ਕਿ ਜਿੱਥੇ ਇਹ ਅਫਰੀਕਨ ਅਮਰੀਕਨਸ ਦੇ ਨਾਲ ਰੇਸਿਜ਼ਮ ਜਾਂ ਬਲੈਕ ਲਾਈਵਸ ਮੈਟ ਦੀ ਜੋ ਮੂਵਮੈਂਟ ਹੋਈ ਹੈ ਜਾਂ ਜਿਸ ਤਰ੍ਹਾਂ ਦੀ ਪੁਲਿਸ ਬਰੂਟੈਲਿਟੀ ਜਾਰਜ ਫਲੋਰਾਈਡ ਨਾਲ ਹੋਈ ਤੇ ਵਕ ਵਕ আফ্রিকਨ ਅਮਰੀਕਨਸ ਨਾਲ ਹੋ ਰਹੀ ਹੈ ਇਸ ਦੇਸ਼ ਵਿੱਚ ਉਹਦੇ ਵਿੱਚ ਕੀ ਹਿਸਟੋਰੀਕਲ ਇਤਿਹਾਸਿਕ ਪਰਸਪੈਕਟਿਵ ਸਾਨੂੰ ਹੋਣਾ ਚਾਹੀਦਾ ਹੈ ਤਾਂ ਕਿ ਇਹ ਚੀਜ਼ ਸਾਡੀ ਕਮਿਊਨਿਟੀ ਨੂੰ ਨਾ ਕਿ ਸਿਰਫ ਸਮਝ ਲੱਗੇ ਬਟ ਉਹਦੀ ਸਪੋਰਟ ਪਿੱਛੇ ਵੀ ਸਾਡੀ ਕਮਿਊਨਿਟੀ ਖੜੀ ਹੋਏ ਤੇ ਇਸ ਗੱਲ ਤੇ ਸਾਡੇ ਨਾਲ ਡਿਸਕਸ ਕਰਨ ਲਈ ਸਾਨੂੰ ਜੁਆਇਨ ਕਰ ਰਹੀ ਹੈ ਅਟਾਰਨੀ ਐਟ ਲਾ ਰੀਨਾ ਰਾਣੀ ਮੈਂ ਜ਼ਰੂਰ ਦੱਸਣਾ ਚਾਹਾਂਗੀ ਈ ਵਿਊਅਰਸ ਨੂੰ ਥੈਟ ਰੀਨਾ ਜੀ ਨਾ ਕਿ ਸਿਰਫ ਕ੍ਰਿਮੀਨਲ ਡਿਫੈਂਸ ਲਾਇਰ ਹਨ ਬਟ ਉਹਨਾਂ ਦੀ ਫਾਰਮਰ ਪੋਜੀਸ਼ਨ ਇੱਕ ਪ੍ਰੋਸੀਕਿਊਟਰ ਦੇ ਤੌਰ ਤੇ ਵਿਦ ਦੀ ਬ੍ਰੌਂਕਸ ਡਿਸਟ੍ਰਿਕਟ ਅਟਾਰਨੀ ਆਫਿਸ ਇਨ New York City, reached you Rinaji, welcome to the program. Sashrikal. Thank you, for, uh, Thank you for having me. जी, जी this, ji, uh, first know. of all uh, to see uh, East Coast the localo, you are to see Bronx which uh, Jammeo to see New York new uh, closely uh, to subto ta, I, I would like to ask are you safe Are the family safe? to see Hege is everything going okay by you thank you thank you for having up, uh, having me here um just a correction, I was raised in the Bronx. Mm -hmm. I was actually born in India, okay. uh, Punjab. Really? Uh, but I came here when I was very young. I was about six, seven years old. Mm -hmm. uh, so I pretty much uh, was raised in the bronx in mm -hmm. new york city and have lived my whole life in new york uh, until recently when i moved to new jersey mm -hmm. um, thank you i am safe and this uh, you know today's reality is very tough not only are we facing a crisis on uh, in our roads in our cities um, but also in the healthcare system wise you know we're facing a pandemic and it has a double effect on all of us mm -hmm. Gee. we're afraid to go outside because we don't want to get the virus but we're also afraid to go outside now because of what's happening outside gee. but we also need to accept that there there's a major issue that needs to be addressed reena ji ਤੁਸੀਂ ਆਬਵੀਅਸਲੀ ਇੱਕ ਲਾਇਰ ਦੇ ਤੌਰ ਤੇ ਇਸ ਕੰਟਰੀ ਦੇ ਇਤਿਹਾਸ ਤੇ ਇੱਥੇ ਦੇ ਲੀਗਲ ਸਿਸਟਮ ਦੇ ਨਾਲ ਬਹੁਤ ਹੀ ਵਾਕਿਵੋ ਜਿੱਥੇ ਆਪਾਂ ਗੱਲ ਕਰ ਰਹੇ ਆ ਲੀਡਰਸ਼ਿਪ ਦੀ ਜਾਂ ਲੈਕ ਆਫ ਲੀਡਰਸ਼ਿਪ ਲੀਡਰਸ਼ਿਪ ਦੀ ਫੇਲਿਅਰ ਦੀ ਉਥੇ ਸਾਡੀ ਕਮਿਊਨਿਟੀ ਸਾਡੇ ਇੰਡੀਵਿਜੂਅਲ ਤੌਰ ਤੇ ਉਹ ਰਿਸਪੌਂਸਿਬਿਲਟੀ ਆ ਜਾਂਦੀ ਹੈ ਕਿ ਜਿੱਥੇ ਸਾਡੇ ਲੀਡਰਸ ਅਨਸਕਸੈਸਫੁਲ ਹੋਏ ਹਨ ਉਥੇ ਸਾਨੂੰ ਉਹ ਚੀਜ਼ ਚੁੱਕ ਕੇ ਉਹ ਰਿਸਪੌਂਸ ਲੈਣਾ ਪਹਿਣਾ ਆਪਣੇ ਹੱਤਾਂ ਵਿੱਚ ਤੁਹਾਡੇ ਇਸ ਖਿਆਲ ਵਿੱਚ ਤੁਸੀਂ ਸਹਿਮਤੀ ਰੱਖਦੇ ਹੋ that ਜੋ ਇਹ ਇਸ਼ੂਜ਼ ਇਸ ਵੇਲੇ ਇਸ ਕੰਟਰੀ ਨੂੰ ਅਫੈਕਟ ਕਰ ਰਹੇ ਹਨ ਉਹ ਲੋਕਲ ਲੈਵਲ ਤੇ ਉਹਨਾਂ ਦਾ ਕੋਈ ਰੈਜ਼ੋਲੂਸ਼ਨ ਜਾਂ ਕੋਈ ਉਹਨਾਂ ਦੇ ਰੈਜ਼ੋਲੂਸ਼ਨ ਦੇ ਤਰਫ ਅਪ ਵੀ ਕੈਨ ਹੈਡਨ ਥੈਟ ਡਾਇਰੈਕਸ਼ਨ ਪੰਜਾਬੀ ਸਿੱਖ ਉਹਨਾਂ ਦੀ ਬਹੁਤ ਇਸ ਟਾਈਮ ਲੋੜ ਹੈ ਕਿ ਵੀ ਆਪਾਂ ਵੀ ਇਸ ਇਸ 파ਰਟ ਦੇ ਵਿੱਚ ਹਿੱਸਾ ਲਈਏ ਕਿ ਆਪਾਂ ਵੀ ਕੁਝ ਕਰੀਏ ਕਾਜ਼ ਇਟਸ ਨਾਟ ਜਸਟ ਅਬਾ ਅਫਰੀਕਨ ਅਮਰੀਕਨਸ ਇਟਸ ਐਕਚੁਅਲੀ ਅਬਾ ਮਾਈਨੋਰਟੀਜ਼ um yes we are all using apasaray use karena, hashtag social media te, facebook te instagram te ke all black life matters um yes all lives matter but at right now apna issue not issue hai black life matters and o is karke hai, ਇਟਸ ਅ ਟਫ ਰਿਐਲਿਟੀ ਉਹਨਾਂ ਦੇ ਲਈ ਕਿ ਇੰਨੇ ਸਾਲਾਂ ਤੋਂ ਉਹਨਾਂ ਨੂੰ ਮਿਸ ਟ੍ਰੀਟਮੈਂਟ ਹੋਈ ਹੈ ਉਹ ਇਸ ਕੰਟਰੀ ਦੇ ਮਾਈਨੋਰਟੀਆਂ ਨੇ ਐਂਡ ਉਹਨਾਂ ਨੂੰ ਪਹਿਲਾਂ ਤੋਂ ਹੀ ਜਦੋਂ ਜਦੋਂ ਅਮਰੀਕਾ ਫਾਊਂਡਡ ਹੋਇਆ ਹੀ ਵੀ ਸੀ ਉਦੋਂ ਤੋਂ ਹੀ ਉਹਨਾਂ ਨੂੰ ਹਾਰਡਸ਼ਿਪ ਮਿਲੀ ਹੈ ਤੁਹਾਨੂੰ ਜੇ ਹਿਸਟਰੀ ਦਾ ਪਤਾ ਹੈ ਨਾ ਤੁਹਾਨੂੰ ਪਤਾ ਕਿ ਹਿਸ ਆਲ ਦੋ ਸਲੇਵਰੀ ਐਂਡਡ ਅ ਦਸੰਬਰ ਆਫ 1865 ਹਾਊਏਵਰ It was on paper that slavery just ended in 1865 it wasn't until a century later in 1960 that the civil rights movement took place and the civil rights movement ik second ik second rokna chahunde hain ki tusi keh rahe ho ki jo is country di itihas sanu dasda hai jithe 1860 vich slavery khatam hui si civil war to baad president lincoln de time de vich us to baad bhi ਇੱਕ 100 ਹੋਰ ਸਾਲ ਲੱਗੇ ਪੂਰੀ ਸੈਂਚਰੀ ਤੁਸੀਂ ਕਹਿ ਲਓ ਫਿਰ ਲੱਗ ਗਈ ਉਸ ਚੀਜ਼ ਨੂੰ ਸਿਸਟਮੈਟਿਕਲੀ ਅਰੇਜ਼ ਕਰਨ ਲਈ ਜਿੱਥੇ ਇਸ ਕੰਟਰੀ ਵਿੱਚ 60s ਤੱਕ ਸਿਵਲ ਰਾਈਟਸ ਦੇ ਪ੍ਰੋਟੈਸਟ ਤੇ ਮੂਵਮੈਂਟਸ ਜਾਰੀ ਸਨ ਤੇ ਉਸ ਤੋਂ ਬਾਅਦ ਹੀ ਜਾ ਕੇ ਕੁਝ ਵਾਈਡ ਸਪਰੈਡ ਸਾਨੂੰ ਚੇਂजेस ਇਸ ਰਿਗਾਰਡ ਵਿੱਚ ਦੇਖਣ ਨੂੰ ਮਿਲੇ ਹਾਂਜੀ ਤੇ ਉਹ ਉਸ ਚੇਂਜਾਂ ਦੇ ਕਰਕੇ ਯੂ نو 1960 ਦੇ ਸਿਵਲ ਰਾਈਟਸ ਮੂਵਮੈਂਟ ਕਰਤੇ ਮਾਰਕਸ ਲੂਥਰ ਨੇ ਕਿੰਗ ਨੇ ਜੋ ਕੀਤਾ ਸੀ ਉਹ ਪੀਸਫੁਲ ਪ੍ਰੋਟੈਸਟ ਕਹਿ ਲੋ ਯੂ نو ਬਰਟ ਇਟ ਵਾਸ ਕਮਿਊਨਿਟੀ ਇਟ ਵਾਸ ਲੋਕਲ ਲੈਵਲ ਥੈਟ ਐਕਚੁਅਲੀ ਮੇਡ ਅ ਚੇਂਜ ਐਂਡ ਜਦੋਂ ਤੁਸੀਂ ਲੋਕਲ ਲੈਵਲ ਤੇ ਆਪਾਂ ਕੋਈ ਚੇਂਜ ਬਣਾਉਣਾ ਚਾਹੁੰਦੇ ਆ ਜਾਂ ਕੋਈ ਚੇਂਜ ਕਰਵਾਉਣਾ ਚਾਹੁੰਦੇ ਆ ਤੇ ਆਪਾਂ ਨੂੰ ਆਰਗੇਨਾਈਜ਼ ਕਰਨਾ ਪੈਂਦਾ ਆਪਣੇ ਆਪ ਨੂੰ ਗ੍ਰੈਸ ਰੂਟ ਮੂਵਮੈਂਟ ਇਜ਼ ਅ ਕੀ ਐਂਡ ਇਜ਼ ਅ ਅਸੈਂਸ਼ੀਅਲ ਪਾਰਟ ਆਫ ਟੂ ਬ੍ਰਿੰਗ ਅਬਾਟ ਐਨੀ ਟਾਈਪ ਆਫ ਚੇਂਜ ਤੇ ਉਹ ਜਦੋਂ 1960 ਦੇ ਵਿੱਚ ਐਦਾਂ ਹੋਇਆ ਸੀਗਾ ਉਸ ਦੇ ਨਾਲ 1965 ਦੇ ਵਿੱਚ ਇਮੀਗ੍ਰੇਸ਼ਨ ਨੈਸ਼ਨੈਲਿਟੀ ਦੀ ਐਕਟ ਪਾਸ ਹੋਈ ਸੀਗੀ ਉਸ ਕਰਕੇ ਆਪਾਂ ਆਪਾ ਸੇ ਕੋਈ ਇੰਡੀਅਨ ਹੋਏ ਜਾਂ ਜੋ ਵੀ ਆ ਆਪਾ ਇੱਥੇ ਆ ਸਕੀ ਆਪਾ ਇੱਥੇ ਆਣ ਕੇ ਯੂ نو ਆ ਆਪਣੇ ਪੇਰੈਂਟਸ ਨੇ ਇੱਥੇ ਆਣ ਕੇ ਕੰਮ ਕੀਤਾ ਯੂ نو ਵੀ ਗਾ ਵੀ ਹੈਡ ਅ ਗ੍ਰੇਟ ਐਜੂਕੇਸ਼ਨ ਆ ਵੀ ਬਿਲਟ ਅ ਸਕਸੈਸਫੁਲ ਲਾਈਫs ਹਿਅਰ ਐਂਡ ਇਟ ਵਾਸ ਬਿਕਾਜ਼ ਆਫ the african americans doing the background work for us unna de karke apan nu ajj apa ithe successful ho rahe ha unna ne law change kita unna de karke apan nu acceptance hoya apa apa skin color de vi mostly brown ha na te apa apa vi ohi discrimination face karni si par apa as time more privileged ha kyunki apa unna de karke apan nu bahut Uh, acceptance ji, ho ji, ho juki te aparte, even, ha, ji. Ji. even since then you know there's been tough realities the african-american community had to face um years ago if you remember there was an innocent man trayvon martin who was killed chauda and that saal, was as a result da yep. yep and it was a result of again police brutality okay um i worked I, in my past career, I worked with a lot of police officers. I respect police officers. Of I, you know, appreciate the work they do. They mm -hmm. keep us safe. Mm -hmm. um, and just like every other profession and every other. You know, they are good cops, they're bad cops. And that's goes without saying Gee. with any type of uh, profession, whether there's good attorneys, they're bad attorneys. Um Gee. so it's the same thing where there are good cops and bad car cops. However, in Trayvon Martin's case, he was killed and George Zimmerman, the police officer, was not he was prosecuted but was found not guilty. Gee. Gee. that <laughs> really hurt the black community <laughs> as well rina ji ithe you know historically speaking is country de itihas vich inne zyada incidents is tarah de hege khaas karke recently jadon to eh social media te sade phones sanu har ik cheez nu capture karan di power de dinde hai sanu hor e dekhan nu mil rha hai eh nahi hoye ki racism all of a sort of vad gayi hai ਉਹਦੀ ਜੋ ਹੁਣ ਡਾਕੂਮੈਂਟੇਸ਼ਨ ਹੈ ਉਹ ਹੋਰ ਜ਼ਿਆਦਾ ਵੱਧ ਗਈ ਐ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇਸ ਤਰ੍ਹਾਂ ਇਹ ਸਿਚੁਏਸ਼ਨਸ ਪਲੇਆਉਟ ਹੁੰਦੀਆਂ ਬਟ ਯੂ نو ਇਥੇ ਮੈਂ ਜ਼ਰੂਰ ਚਾਹਾਂਗੀ ਕਿ ਜੋ ਸਿਸਟੈਮਿਕ ਰੇਸਿਜ਼ਮ ਦੀ ਆਪਾਂ ਗੱਲ ਕਰਦੇ ਆ ਜੋ ਇਥੇ ਦੇ ਸਿਸਟਮ ਵਿੱਚ ਵੜੀ ਹੋਈ ਐ ਰਾਈਟ ਉਹ ਕਿਸ ਤਰ੍ਹਾਂ ਡਿਵੈਲਪ ਹੋਈ ਐ ਐਂਡ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ ਮੈਂ ਜ਼ਰੂਰ ਇਸ ਚੀਜ਼ ਤੇ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਇਥੇ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਆ ਤੁਸੀਂ ਵੀ ਜੁੜੇ ਰਹੋ ਤੁਹਾਡੇ ਇੱਕ ਲਾਈਵ ਕਾਲ ਜ਼ਰੂਰ ਚੁੱਕਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵੇਖਦੇ ਬਾਕੀ ਬਾਇਫਰ ਸਾਰ ਇਨ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਲੀਡਰਸ਼ਿਪ ਦੀ ਤੇ ਜਦੋਂ ਲੀਡਰਸ਼ਿਪ ਦੇ ਵਿੱਚ ਕ੍ਰਾਈਸਿਸ ਬਣ ਜਾਂਦੀ ਤੇ ਕਿਹਦੀ ਰਿਸਪੌਂਸਿਬਿਲਟੀ ਬਣਦੀ ਹੈ ਲੀਡ ਕਰਨ ਦੀ ਜੋ ਫਾਲੋਅਰਸ ਹਨ ਉਹਨਾਂ ਨੂੰ ਲੀਡਰ ਬੰਨਣਾ ਪੈਂਦਾ ਤੇ ਅੱਜ ਇਹੀ ਗੱਲ ਹੋ ਰਹੀ ਹੈ ਬਟ ਉਸ ਤੋਂ ਪਹਿਲੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕਿਉਂ ਸਾਡੇ ਉੱਤੇ ਉਹ ਰਿਸਪੌਂਸਿਬਿਲਟੀ ਆ ਜਾਂਦੀ ਹੈ ਲੋਕਲ ਲੈਵਲ ਤੇ ਕਮਿਊਨਿਟੀ ਤੌਰ ਤੇ ਇਸ ਕ੍ਰਾਈਸਿਸ ਨੂੰ ਰਿਜ਼ੋਲਵ ਕਰਨ ਦੀ ਤੇ ਇਸ ਗੱਲ ਤੇ ਸਾਡੇ ਨਾਲ ਡਿਸਕਸ ਕਰਨ ਲਈ ਸਾਨੂੰ ਜੁਆਇਨ ਕਰ ਰਹੀ ਹੈ ਮਿਸ ਰੀਨਾ attorney at law rina ji program de vich uh, ek wari ਸਸੀਕਲ ਰੀਨਾ ਜੀ ਤੁਸੀਂ ਜਾਣ ਤੋਂ ਪਹਿਲੇ ਥੋੜਾ ਜਿਹਾ ਸਾਨੂੰ ਇਤਿਹਾਸਿਕ ਤੌਰ ਤੇ ਦੱਸਿਆ ਕਿ ਕਿਸ ਤਰ੍ਹਾਂ ਜੋ ਐਫਰੀਕਨ ਅਮਰੀਕਨਸ ਦੀ ਸਟਰਗਲ ਇਸ ਕੰਟਰੀ ਵਿੱਚ ਰਹੀ ਹੈ ਸ਼ੁਰੂਆਤ ਤੋਂ ਇਸ ਕੰਟਰੀ ਦੇ ਬਨਨ ਤੋਂ ਪਹਿਲੇ ਤੋਂ ਉਹ ਚੀਜ਼ ਇੱਥੇ ਰਹੀ ਹੈ ਤੇ ਉਸ ਚੀਜ਼ ਨੂੰ ਹਟਾਉਣ ਤੋਂ ਬਾਅਦ ਵੀ ਸਿਵਲ ਵਾਰ ਤੋਂ ਬਾਅਦ ਵੀ ਜਦੋਂ ਸਲੇਵਰੀ ਖਤਮ ਕੀਤੀ ਗਈ ਸੀ ਇਸ ਕੰਟਰੀ ਵਿੱਚ ਉਸ ਤੋਂ ਬਾਅਦ ਵੀ 100 ਸਾਲ ਤੋਂ ਵੱਧ ਲੱਗ ਗਏ ਉਸ ਚੀਜ਼ ਨੂੰ ਸਿਸਟਮ ਤੋਂ ਹਟਾਉਣ ਲਈ ਬਟ ਹਲੇ ਵੀ ਆਪਾਂ ਕੈਸੇ ਸਕਦੇ ਹੈ ਕਿ ਜੋ ਇਸ ਸਿਸਟਮ ਬਣਿਆ ਹੈ ਇਸ ਕੰਟਰੀ ਦਾ ਉਹਦੇ ਵਿੱਚ ਕੁਝ ਉਹ ਰੇਸਿਸਟ ਐਲੀਮੈਂਟਸ ਹਲੇ ਵੀ ਮੌਜੂਦ ਹਨ ਇਸ ਚੀਜ਼ ਨੂੰ ਅਗਰ ਆਪਾਂ ਕਿਸੇ ਨੂੰ ਸਮਝਾਣਾ ਹੋਏ ਅ ਅਮਰੀਕਨ ਹਿਸਟਰੀ ਨੂੰ ਛੱਡ ਕੇ ਲੈਟਸ ਆਪਾਂ ਇੰਡੀਆ ਇਨ ਦੀ ਇੰਡੀਆ ਦਾ ਐਗਜ਼ਾਮਪਲ ਲੈ ਲੈਂਦੇ ਆ ਇੱਥੇ ਮੈਂ ਜ਼ਰੂਰ ਡਿਸਕਲੇਮਰ ਕਹਿ ਰਹੀ ਹਾਂ ਸਾਰਿਆਂ ਲਈ ਕਿ ਇਸ ਤਰ੍ਹਾਂ ਦੀ ਜੋ ਤੁਸੀਂ ਕੰਪੈਰੀਜ਼ਨਸ ਐਂਡ ਜਨਰਲਾਈਜ਼ੇਸ਼ਨਸ ਕਰਦੇ ਆ ਉਹ ਥੋੜੀ ਡਿਫਿਕਲਟ ਹੋ ਜਾਂਦੀ ਹੈ ਬਿਕੋਜ਼ ਹਰ ਇੱਕ ਸਿਚੁਏਸ਼ਨ ਬਹੁਤ ਯੂਨੀਕ ਤੇ ਬਹੁਤ ਸਪੈਸਿਫਿਕ ਹੁੰਦੀ ਹੈ ਬਟ ਅਗਰ ਆਪਾਂ ਕੰਪੈਰੀਜ਼ਨ ਕਰਨਾ ਹੋਏ ਕਿਸ ਤਰ੍ਹਾਂ ਤੁਸੀਂ ਜੋ ਇਸ ਸਿਸਟੈਮਿਕ ਰੇਸਿਜ਼ਮ ਇੱਥੇ ਮੌਜੂਦ ਹੈ ਆਫਰੀਕਨ ਅਮਰੀਕਨਸ ਦੇ ਅਗੇਂਸਟ ਉਹ ਇੰਡੀਆ ਵਿੱਚ ਕਿਸ ਤਰ੍ਹਾਂ ਪੇਸ਼ ਹੋਈ ਹੈ ਇਨ 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 ਦਾ ਪਾਸਟ ਹੇਅਰ ਅਮ ਆਪਾ ਯੂ ਨੋ ਸਿੱਖਸ ਆ ਅ ਲੋਟ ਆਫ ਅਸ ਆਰ ਸਿੱਖਸ ਆਮ ਅ ਸਿੱਖ ਜਿਹੜੇ ਸਿੱਖ ਨੇ ਉਹ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨੇ ਤੇ ਜਦੋਂ ਸਿੱਖਾਂ ਨੂੰ ਕੋਈ ਵੀ ਲੋੜ ਹੁੰਦੀ ਏ ਉਹਨਾਂ ਨੂੰ ਆਪਣੇ ਹੱਥ ਚੱਕਨੇ ਪੈਂਦੇ ਨੇ ਉਹਨਾਂ ਨੂੰ ਡਿਮਾਂਡ ਕਰਨਾ ਪੈਂਦਾ ਆ ਕਿ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਆ ਹੁਣ ਤੁਸੀਂ ਲਾ ਲਓ ਕਿ ਜੇ ਆਮ you know education you know, the i mean education the so you it they bhot lokki kende know, ke jo african american community educated na hi nagaro upni education the val sadadhi and then then share dunani yeah and that's what i'm trying to go yeah. into is yeah. that if uh, if you know they didn't get education because of uh, the racism they have faced for so many years gee, right gee, gee. um their obviously their parents or their generations couldn't afford to send them to certain schools and then there was a public school system but it was segregated and even after the 1960s there's still there was a struggle to actually provide for families and send the kids to school it's something that i'm going to compare but it's really not an example exact comparison mm -hmm. Mm -hmm. like you said however i think it's important to understand that even in india right now in punjab a lot of there is uh, um, some government assistance that are as that has been given to different uh, individuals or based on the caste system ਐਂਡ ਬੇਸਡ ਔਨ ਥੈਟ ਕਾਸਟ ਸਿਸਟਮ ਅ ਲੋਟ ਆਫ ਫਾਰਮਰਸ ਔਰ ਜਿਹੜੇ ਜੱਟ ਹੁੰਦੇ ਆ ਜੱਟਾਂ ਦੇ ਬੱਚੇ ਹੁੰਦੇ ਆ ਨਾ ਜਿਹੜੇ ਉਹਨਾਂ ਨੂੰ ਉਹ ਉਹ ਹੈਲਪ ਨਹੀਂ ਮਿਲ ਰਹੀ ਜਿਹੜੇ ਸਕੂਲਾਂ ਦੇ ਵਿੱਚ ਜਾਂ ਜਾਬਾਂ ਲਈ ਜਾਂ ਜੋ ਵੀ ਆ ਉਹ ਕੀ ਹੋ ਰਿਹਾ ਆ ਸਟੰ ਉਹ ਕਿਉਂਕਿ ਉਹਨਾਂ ਨੂੰ ਇਹ ਹੈਲਪ ਨਹੀਂ ਮਿਲ ਰਹੀ ਉਹ ਐਜੂਕੇਸ਼ਨ ਨਹੀਂ ਮਿਲ ਰਹੀ ਤੇ ਉਹ ਡਰੱਗਸ ਵੱਲ ਜਾ ਰਹੇ ਨੇ ਉਹ ਕ੍ਰਾਈਮ ਡਰੱਗਸ ਜਦੋਂ ਤੁਸੀਂ ਡਰੱਗ ਕਰਦੇ ਆ ਕ੍ਰਾਈਮ ਤੇ ਫਿਰ ਆਪ ਹੀ ਹੁਣ ਆਏ ਆ ਯੂ نو so Una, if you don't get the proper education obviously you're going to lead to having not being a productive member of the society therefore you're likely to commit crimes and that's what's happening uh, that has happened in america throughout years of years and years of racism and discrimination against african americans. and that's what's happening in india and in punjab. and that's why i think our community un should understand why it impacts minorities. if you're a minority in any given country, you are going to face uh, different types of uh, treatment. and that treatment is not acceptable. Everyone should be treated equally and with respect and dignity. And therefore, we have to. Re we have to start from our community leaders. We have to demand that respect. And at this moment, I think our community needs to stand up. and needs to stand up with the African American community and say, yes, Black lives do matter. That's the issue right now, and we need to deal with it. Drina Ji, Black Lives, the a peaceful protest, Black. ਬਲੈਕ ਲਾਈਵਸ ਮੈਟਰ ਨੂੰ ਲੈ ਕੇ ਬਟ ਫਿਰ ਵੀ ਕੁਝ ਲੋਕੀ ਇਦਾਂ ਕਹਿੰਦੇ ਕਿ ਬਲੈਕ ਲਾਈਵਸ ਹੀ ਕਿਉਂ ਮੈਟਰ ਕਰਦੀਆਂ ਸਾਰੀਆਂ ਲਾਈਵਸ ਮੈਟਰ ਕਰਨੀਆਂ ਚਾਹੀਦੀਆਂ ਇਹਨਾਂ ਪਾ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਆ ਬਟ ਸਾਨੂੰ ਉਸ ਬਲੈਕ ਲਾਈਵਸ ਮੈਟਰ ਦਾ ਕਿਉਂ ਥੋੜਾ ਜਿਹਾ ਦੱਸੋ ਕਿਉਂਕਿ ਆਬਵੀਅਸਲੀ ਤੁਸੀਂ ਜਿੱਦਾਂ ਪਹਿਲਾਂ ਕਿਹਾ ਆ ਕਿ ਆ ਦੇਰਸ individuals the african americans are targeted every day however now with the social media with our cameras it's all some of it is coming to the forefront it's the media ha, is focusing on it you know we're all learning about it however you have to think about how many people are killed um, every day by the police and we don't see that and those are why that's why we have to focus that these this is just what's in front of us it's not one individual it happens over and over over and over again and we need to address that all lives of course are very precious and we have to uh, you know respect everyone's life um uh, but at the same time that's not the issue the issue right now is we see George Floyd not resisting asking for help saying i can't breathe i can't breathe let me go pretty much and he no one does anything there are four other officers who are just standing around doing nothing so at this point we have to focus on those that are being injured the most and that's where the attention needs to be focused on now you know it's not about everyone else at this point we have to stay on focus and say this is what's at hand, hand and this is the issue that we need to deal with ji rina ji jo is tarah de mindsets han ohna nu change karan layi ta sadiyan lag jandiyan right but a crisis sanu ajj affect kar rahi hai ਤੌਰ ਦੇ ਖਿਆਲ ਚ ਕਿਸ ਤਰ੍ਹਾਂ ਦੀ ਲੋਕਲ ਲੈਵਲ ਤੇ ਕਿਸ ਤਰ੍ਹਾਂ ਦੇ ਐਕਸ਼ਨਸ ਸਾਡੀ ਕਮਿਊਨਿਟੀ ਲੈ ਸਕਦੀ ਹੈ ਆਮ ਇਸ ਕ੍ਰਾਈਸਿਸ ਦੇ ਵਿੱਚ ਕੋਈ ਪੋਜ਼ਿਟਿਵ ਇੰਪੈਕਟ ਪਾਣ ਲਈ I think ਜਿੱਦਾਂ ਆਪਾਂ ਗੁਰਦੁਆਰਿਆਂ ਦੇ ਵਿੱਚ ਬਹੁਤ ਕੁਝ ਕਰਦੇ ਆ ਆਪਾਂ ਕਮਿਊਨਿਟੀ ਡੀਲਰਸ ਇਕੱਠੇ ਹੁੰਨੇ ਆ ਯੂ نو ਆਪਾਂ ਵੀ ਕਦੇ ਪ੍ਰੋਟੈਸਟ ਕਰਦੇ ਆ ਆਪਾਂ ਨੂੰ ਵੀ ਆਪਣੀ ਕਮਿਊਨਿਟੀ ਨੂੰ ਵੀ ਆਰਗੇਨਾਈਜ਼ ਕਰਕੇ ਆਪਾਂ ਨੂੰ ਵੀ ਐਗਜ਼ਾਮਪਲ ਦੇਣਾ ਚਾਹੀਦਾ ਆ ਕਿ ਵੀ ਅਸੀਂ ਬਲੈਕ ਲਾਈਵਸ ਦੇ ਨਾਲ ਆ ਅਸੀਂ ਤੁਹਾਡੇ ਨਾਲ ਆ ਸਾਨੂੰ ਸਾਨੂੰ ਵੀ ਇਦਾਂ ਦੇ ਯੂ نو ਪੀਸਫੁਲ ਪ੍ਰੋਟੈਸਟ ਓਕੇ ਆ ਸ਼ੁੱਡ ਬੀ ਆਰਗੇਨਾਈਜ਼ਡ from our own communities so that we are also uh, we are seen in solidarity ji ji and in solidarity unna de naal jinna nu na ke sirf apa sare indebted hege ਅ ਅੱਜ ਦੀ ਫਰੀਡਮਸ ਜੋ ਆਪਾਂ ਇੰਜੋਏ ਕਰੇ ਉਹਨਾਂ ਲਈ ਪਰ ਜਨਾ ਨੂੰ ਸਾਡੀ ਸਪੋਰਟ ਦੀ ਸਭ ਤੋਂ ਜ਼ਿਆਦਾ ਲੋੜ ਹੈ ਰੀਨਾ ਜੀ ਇੱਥੇ ਇੱਕ ਹੋਰ ਸਵਾਲ ਬੰਦਾ ਹੈ ਜਿਸ ਤਰ੍ਹਾਂ ਦੇ ਕਮਿਊਨਿਟੀ ਐਕਸ਼ਨ ਤੇ ਜੋ ਸਾਡੀ ਸਪੈਸੀਫਿਕਲੀ ਸਿੱਖ ਆਪਾਂ ਕੀ ਕਰ ਸਕਦੇ ਹਾਂ ਭਾਵੇਂ ਉਹ ਰਿਲੀਜੀਅਸ ਲੀਡਰਸ ਹੋਣ bizness ओनर्स ਹੋਣ ਜਾਂ ਵੱਖ-ਵੱਖ ਹੋਰ ਕਮਿਊਨਿਟੀ ਲੀਡਰਸ ਹੋਣ ਉੱਥੇ ਇੱਕ ਲਾਅ ਇਨਫੋਰਸਮੈਂਟ ਦਾ ਵੀ ਐਂਗਲ ਆਉਂਦਾ ਹੈ ਐਂਡ ਬਿਕਾਜ਼ ਤੁਸੀਂ ਇਸ ਚੀਜ਼ ਵਿੱਚ ਬਹੁਤ ਵਾਕਿਅ ਹੈ ਤੁਸੀਂ ਡੀਏ ਦੇ ਤੌਰ ਤੇ ਯੂ ਫੋਰ Been a prosecutor with the Bronx uh, District Attorney Office to see closely law enforcement than Alkam Kerjukeo. ਤਾਨੂੰ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਹੱਲ ਹੈ दैट ਜਿਹਦੇ ਵਿੱਚ ਲਾ ਐਨਫੋਰਸਮੈਂਟ ਦੇ ਕੋਲ ਪਾਵਰ ਹੋਏ ਆਪਣੇ ਆਪ ਨੂੰ ਕਰੈਕਟ ਕਰਨ ਦੀ ਇਸ ਤਰ੍ਹਾਂ ਦੇ ਜੋ ਕੁਝ ਤੁਸੀਂ ਕਹਿ ਲੋ ਬੈਡ ਐਪਲਸ ਹਨ ਜਾਂ ਅਗਰ ਤੁਸੀਂ ਮਾਈਂਡਸੈਟ ਕਹਿ ਸਕਦੇ ਹੋ ਕਿ ਇੱਕ ਮਾਈਂਡਸੈਟ ਪ੍ਰਵੇਲ ਕਰਦਾ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਸ ਚੀਜ਼ ਤੋਂ ਹਟਣਾ ਜ਼ਰੂਰੀ ਹੈ ਕਿਸ ਤਰ੍ਹਾਂ ਦੀ ਲਾ ਐਨਫੋਰਸਮੈਂਟ ਵੱਲੋਂ Uh, uh next steps honey chahiye is crisis to well um you know there's a great quote by martin luther king and he once said that freedom is never voluntarily given okay uh, by the oppressor it must be demanded by the oppressed so we have to demand that freedom we have to ask for that change the oppressor isn't going to say hey I'm going to give you this because I, it makes me feel better. The oppressor doesn't realize that that's a privilege that they have. They have to. We have to actually demand for it. And I think that our community leader must be making those demands. And I think that goes along with our sikhi as well. Uh, our you know sikhi teaches us that. Yeah, I'm. You know, I'm not a religious expert or anything like that. So, but I'm just going to say that I learned. Uh, one of the things in the Zafarnama of Guru Gobind Singh in verse 22, it was said that when all other means have failed, it is but lawful to take to the sword. I mean, that's an interpretation. Uh, into English that I understand it. Um, but I think that is what it's pretty much saying that we have to do something. We have to demand justice. And if we can't change the minds, then we have to, you know, if they're not going to change their own mind, we have to make that change and we have to request that change. जी, जी. And demand uh, is definitely the key word here that The ਲੰਡਨਪ ਚਾਹੀਦਾ ਵੀ ਹੈ ਬਰ ਆਫ ਕੌਰਸ ਜੋ ਅੱਜ ਦੀ ਸਿਚੁਏਸ਼ਨ ਹੈ ਉਸ ਚੀਜ਼ ਨੂੰ ਥੋੜਾ ਡਿਫਿਕਲਟ ਕਰ ਰਹੀ ਹੈ ਆਫ ਕੌਰਸ ਰੀਨਾ ਜੀ ਇਹ ਜੋ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਇੱਕ ਹੋਰ ਕ੍ਰਾਈਸਿਸ ਜੋ ਯੂਨਾਈਟਿਡ ਸਟੇਟਸ ਨੂੰ ਹੁਣ ਅਫੈਕਟ ਕਰ ਰਹੀ ਹੈ ਇਸ ਚੀਜ਼ ਤੇ ਕਨਵਰਸੇਸ਼ਨ ਸਾਡੇ ਵੱਲੋਂ ਜਾਰੀ ਰਹੇਗੀ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਜਾਨਦੇ ਜਾਨਦੇ ਤੁਸੀਂ ਇਸ ਸਿਚੁਏਸ਼ਨ ਬਾਰੇ ਕੁਝ ਸਾਡੇ ਵਿਊਰਸ ਨੂੰ ਕਹਿਣਾ ਚਾਹੁੰਦੇ ਹੋ Well um you know the pandemic and as well as the unrest in America has shown uh that something needs to be changed about leadership. Obviously we didn't have the proper response from our leaders at the forefront when the pandemic started happening and it's the same sort of a situation here when um, you know the police officers that were involved in George Floyd's death were not arrested. Until there was an action by the community. So, as you can see, the community plays a large role in all of yes. this. So, it's not about the leadership at the top, it has to start from the bottom. And from the bottom, we as community members have a responsibility to come together and make a change. And also, to point out what's happening in the, uh, with the pandemic, if you see, it's the African Americans. They're losing most of the lives There, the healthcare system inequalities are being shown as well so the community has two situations that they're being faced with currently the obviously asking for demand and justice for the death of George Floyd as well as having showing that there is inequality not only by the police but also the health care system so it's a complete um, you know a picture that african americans are at a disadvantage in this country gee, gee. ਮਿਸ ਰੀਨਾ ਰਾਣੀ ਐਟਰਨੀ ਐਟ ਲਾ थैंक यू ਸੋ ਮਚ ਫਰ ਜੁਆਇਨਿੰਗ ਅਸ ਤੁਸੀਂ ਸੇਫ ਰਹੋ ਐਂ ਜ਼ਰੂਰ ਸਾਡੇ ਨਾਲ ਫਿਰ ਜੁੜ ਕੇ ਇਸ ਤਰ੍ਹਾਂ ਦੀ ਕਨਵਰਸੇਸ਼ਨ ਜਾਰੀ ਰੱਖਾਂਗੇ ਅਥੇ ਇੱਕ ਛੋਟੇ ਲਈ ਬ੍ਰੇਕ ਲਈ ਰੁਕਦੇ ਹਾਂ ਜੋ ਸਾਡੇ ਨਾਲ ਕਾਲਰਸ ਜੁੜ ਚੁੱਕੇ ਆ ਪਲੀਜ਼ ਜੁੜੇ ਰਹੋ ਤੁਹਾਡੀ ਕਾਲ ਬ੍ਰੇਕ ਤੋਂ ਬਾਅਦ ਚੁੱਕਾਂਗੇ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਬੜੀ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਜਦੋਂ ਸਾਡੀ ਲੀਡਰਸ਼ਿਪ ਫੇਲ ਕਰ ਜਾਂਦੀ ਹੈ ਇੱਕ ਕ੍ਰਾਈਸਿਸ ਦੇ ਵਿੱਚ ਰਿਸਪੌਂਡ ਕਰਨ ਲਈ ਤੇ ਕੀ ਸਾਡੀ ਇੰਡੀਵਿਜੂਅਲ ਤੌਰ ਤੇ ਕਮਿਊਨਿਟੀ ਤੌਰ ਤੇ ਰਿਸਪੌਂਸਿਬਿਲਟੀ ਬੰਦੀ ਹੈ ਉਸ ਕ੍ਰਾਈਸਿਸ ਨੂੰ ਟੈਕਲ ਕਰਨ ਦੀ ਤੇ ਇਸ ਗੱਲ ਤੇ ਡਿਸਕਸ ਕਰਨ ਲਈ ਇੱਕ ਇਤਿਹਾਸਿਕ ਪਰਸਪੈਕਟਿਵ ਦੇਣ ਲਈ ਸਾਡੇ ਨਾਲ ਜੁੜੇ ਸੀ ਮਿਸ ਰੀਨਾ ਰਾਣੀ ਅਟਾਰਨੀ ਐਟ ਲਾ ਫਾਰਮਲੀ ਵਿਦ ਦੀ ਬ੍ਰੌਂਕਸ ਡਿਸਟ੍ਰਿਕਟ ਅਟਾਰਨੀਜ਼ ਆਫਿਸ ਤੇ ਹੁਣ ਮੈਂ ਤੁਹਾਡੇ ਤੋਂ ਪੁੱਛਦੀ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਦਾ ਇਸ ਨਵੀਂ ਕ੍ਰਾਈਸਿਸ ਵਿੱਚ ਕੀ ਰੋਲ ਹੋਣਾ ਚਾਹੀਦਾ ਹੈ ਕਾਲਰਸ ਨੂੰ ਸੁਣ ਲੈਂਦੇ ਹਾਂ ਉਹਨਾਂ ਦੇ ਵਿਚਾਰ ਸਿਕਾ ਤੁਸੀਂ ਆਨ ਹੋ ਰਹੋ ਹੈਲੋ ਬੈਂਡਿਸਾ ਸਤਿ ਸ਼੍ਰੀ ਅਕਾਲ ਮੈਂ ਜਗਤਪਤ ਸਿੰਘ ਬੋਲਦਾ ਜੀ ਜੀ ਦੱਸੋ ਦੇਖੋ ਬੈਸੇ ਤਾਂ ਪਹਿਲਾਂ ਹੀ ਉਹਨਾਂ ਕੋਲ ਗੱਲ ਕਰਨ ਵਾਲੀ ਰਹੀ ਨਹੀਂ ਰੀਨਾ ਰਾਣੀ ਹੁਣੀ ਸਾਰੀ ਗੱਲ ਸਮਝਾਈ ਦਿੱਤੀ ਆਪਾਂ ਨੂੰ ਤੇ ਪਰ ਮੈਂ ਤੁਹਾਨੂੰ ਇੱਕ ਰਿਕੁਐਸਟ ਕਰੂੰਗਾ ਜੀ ਕੋਸ਼ਿਸ਼ ਇਹ ਕਰੇ ਜਿਹੜੇ ਸਾਡੇ ਗੈਸਟ ਹੁੰਦੇ ਆ ਨਾ ਜਿਆਦਾ ਕਰਕੇ ਜਿਹੜੇ ਜਾਂ ਬੱਚੇ ਇੱਥੇ ਬੋਰਨ ਰੇਡ ਹੋਏ ਜਾਂ ਉਹ ਜਾਂ ਜਿਹੜੇ ਛੋਟੇ ਹੁੰਦੇ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਦੀ ਹਰ ਇੱਕ ਵਾਰਡ ਦੇ ਵਿੱਚ ਸੁਵਮਤੀ ਸੀ ਪੀਸੀ ਉਹ ਜਿਹੜੀ ਗੱਲ ਕਰਦੇ ਸੀ ਕਿ ਉਹਨਾਂ ਦੇ ਹਾਰਟ ਮਾਈਂਡ ਤੇ ਬ੍ਰੇਨ ਦੀ ਜਿਹੜੀ ਸੋਲ ਐਕਟ ਇਹੀ ਅਮਰੀਕਨ ਬਿਊਟੀ ਆ ਜੀ ਜਦੋਂ ਅਮਰੀਕਨ ਬੰਦਾ ਬੋਲਦਾ ਉਹ ਸੱਚ ਬੋਲਦਾ ਉਹ ਕਦੀ ਝੂਠ ਨਹੀਂ ਬੋਲਦਾ ਉਹ ਕਦੀ ਗੱਲ ਨੂੰ ਹਾਈਡ ਨਹੀਂ ਕਰਦਾ ਉਹਨੂੰ ਅਨਮਾਸਕ ਕਰਦਾ ਬਾਕੀ ਜਿਹੜੀ ਬੈਂਜੀ ਇਹ ਜਾਰਜ ਮਨੈਰ ਦੀ ਦੇਖੋ ਟਰੰਪ ਦੀ ਟਰੰਪ ਦਾ ਤੇ ਸਟੈਬਲਿਸ਼ਮੈਂਟ ਦੀ ਇਸ ਨੂੰ ਟੱਕਰ ਹੋ ਗਿਆ ਟਰੰਪ ਹੈਗਾ ਪ੍ਰਾਈਵੇਟ ਸਿਟੀਜ਼ਨ ਉਹ ਪ੍ਰਾਈਵੇਟ ਸਿਟੀਜ਼ਨ ਪ੍ਰੈਜ਼ੀਡੈਂਟ ਦੇ ਬਣਡ ਕਰਕੇ ਉਹ ਗੱਲ ਕਰਦਾ ਸਿੱਧੀ ਲੈ ਕੇ ਯੂਐਨਐਮਈ ਤੁਸੀਂ ਬਾਈਡਨ ਦੀ ਗੱਲ ਕੀਤੀ ਆ ਅਗਰ ਬਾਈਡਨ ਇਹ ਗੱਲ ਨੂੰ ਕਰੀਏ ਬਾਰਨੀ ਸੈਂਡਰ ਸਪੋਸਟ ਟੂ ਬੀ ਅ ਕੈਂਡੀਡੇਟ ਅਗੇਂਸਟ ਟਰੰਪ ਨਾਊ ਐਟ ਥਿਸ ਟਾਈਮ ਇਹਨਾਂ ਨੇ ਸਾਰੀ ਇਸਟੈਬਲਿਸ਼ਮੈਂਟ ਨੇ ਉਹਨੂੰ ਥੱਲੇ ਲਾ ਕੇ ਇਸ ਬੰਦੇ ਨੂੰ ਅੱਗੇ ਲੈ ਕੇ ਆਂਦਾ ਹੁਣ ਟਰੰਪ ਆ ਉਹ ਪ੍ਰਾਈਵੇਟ ਸਿਟੀਜ਼ਨ ਪ੍ਰੈਜ਼ੀਡੈਂਟ ਆ ਜਦੋਂ ਪ੍ਰਾਈਵੇਟ ਸਿਟੀਜ਼ਨ ਆਊਗਾ ਨਾ ਇਹੋ ਇਦਾਂ ਹੀ ਗੱਲ ਕਰੂਗਾ ਹੁਣ ਇਮਰਾਨ ਖਾਨ ਪਾਕਿਸਤਾਨ ਚ ਉਹ ਪ੍ਰਾਈਵੇਟ ਸਿਟੀਜ਼ਨ ਆ ਜਦੋਂ ਉਹ ਸੱਚ ਬੋਲਦਾ ਉਹ ਕਹਿੰਦਾ ਸਾਡੇ ਕੋਲ ਮਨੀ ਹੈ ਨਹੀਂ ਉਹ ਜਿਹੜੇ ਕਰਪਟ ਲੋਕ ਆ ਸਟੈਬਲਿਸ਼ਮੈਂਟ ਲੱਖਾਂ ਮਿਲੀਅਨ ਬਿਲੀਅਨ ਡਾਲਰ ਬਣਾਏ ਉਹਨਾਂ ਦੇ ਪਿੱਛੇ ਪਿਆ ਆ ਜਦੋਂ ਪ੍ਰਾਈਵੇਟ ਸਿਟੀਜ਼ਨ ਤੁਸੀਂ ਲੈ ਕੇ ਆਉਂਗੇ ਨਾ ਉਹ ਇੰਨਾ ਹੀ ਰਿਐਕਟ ਕਰੂਗਾ ਪ੍ਰੈਜ਼ੀਡੈਂਟ ਇਹ ਬਿਲੀਅਮ ਜੈਫਰਸਨ ਨੇ ਵੀ ਇਹ ਗੱਲ ਕਹੀ ਦੀ ਕਹਿੰਦਾ ਬ੍ਰਿੰਗ ਆਲੀ ਪ੍ਰਾਈਵੇਟ ਸਿਟੀਜ਼ਨ ਇਹ ਜੇ ਪ੍ਰੈਜ਼ੀਡੈਂਟ ਜੀ ਹੁਣ ਇਹ ਟਰੰਪ ਕਰਕੇ ਤਾਂ ਨਹੀਂ ਇਹ ਪ੍ਰੋਬਲਮ ਤਾਂ 400 ਇਅਰਸ ਓਲਡ ਆ ਹੈ ਅਲਬੀ ਸ਼ੁੱਡ ਨਟ ਬਲੇਮ ਟੂ आवर ਪ੍ਰੈਜ਼ੀਡੈਂਟ ਜੀ ਜੀ ਥੈਂਕ ਯੂ ਜੀ ਆਫ ਕੌਰਸ ਇਹ ਪ੍ਰੋਬਲਮ ਬਹੁਤ ਹੀ ਪੁਰਾਣੀ 40 ਪੁਰਾਣੀ ਪ੍ਰੋਬਲਮ ਬਟ ਸਾਨੂੰ ਤਾਂ ਹੁਨੇ ਅੱਜ ਅਫੈਕਟ ਕਰ ਰਹੀ ਹੈ ਤੇ ਜਿੱਥੇ ਉਹਦਾ ਅਫੈਕਟ ਸਾਨੂੰ ਅੱਜ ਫੀਲ ਹੋ ਰਿਹਾ ਹੈ ਸਾਡੇ ਵੱਲੋਂ ਉਹਦੇ ਲਈ ਰਿਐਕਸ਼ਨ ਵੀ ਅੱਜ ਹੋਣਾ ਚਾਹੀਦਾ ਹੈ ਉਹਦੇ ਲਈ ਕੁਝ ਇਨਵੋਲਵਮੈਂਟ ਕੁਝ ਐਕਸ਼ਨ ਸਾਡੇ ਵੱਲੋਂ ਅੱਜ ਹੋਣਾ ਚਾਹੀਦਾ ਹੈ ਐਂਡ ਯੈਸ ਮੈਂ ਇਹ ਗੱਲ ਦੇ ਨਾਲ ਬਿਲਕੁਲ ਸਹਿਮਤੀ ਰੱਖਦੀ ਆ ਕਿ ਇੱਕ ਆਮ ਆਦਮੀ ਹੀ ਇੱਕ ਆਮ ਆਦਮੀ ਦੀ ਪੇਨ ਤੇ ਸਟਰਗਲ ਸਮਝ ਕੇ ਉਸ ਚੀਜ਼ ਨੂੰ ਐਡਰੈਸ ਕਰ ਸਕਦਾ ਸਤਿ ਸ਼੍ਰੀ ਅਕਾਲ ਤੁਸੀਂ ਆਨ 에ਰ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਫਾਰ ਬ੍ਰਿੰਗਿੰਗ ਦਿਸ ਸਬਜੈਕਟ ਜੀ ਇਟਸ ਵੈਰੀ ਪ੍ਰੋਪਰ ਰੀਨਾ ਜੀ ਨੇ ਸੀ ਦਾ ਗੁੱਡ ਜੌਬ ਐਕਸਪਲੇਨਿੰਗ ਇਟ ਆਈ ਡੋਨਟ ਡੂ ਐਟ ਟੂ ਮੱਚ ਔਨ ਥੈਟ ਇੱਕ ਚੀਜ਼ ਮੈਨੂੰ ਬਹੁਤ ਬਾਹਰ ਕੀਤੀ ਹੈ ਜਦੋਂ ਮੈਂ ਚਾਰ ਅਫਸਰ ਸੀ ਨਾ ਇਹਨਾਂ ਦੇ ਦੈਨ ਤਾਂ ਆਬਵੀਅਸਲੀ ਹੀ ਵਾਸ ਅ ਬ੍ਰਿਗਰ ਨੀਡ ਔਨ ਦੀ ਵਨ ਥਿੰਗ ਪਰ ਉਹਦਾ ਨੱਕ ਹਾਲੇ ਵੀ ਨੰਗਾ ਸੀ ਉਹ ਬ੍ਰੀਥ ਕਰ ਸਕਦਾ ਸੀ ਪਰ ਉਹਦੇ ਪਿੱਛੇ ਤੁਸੀਂ ਦੂਜੀ ਵੀਡੀਓ ਦੇਖੀ ਹੋਣੀ ਆ ਦੋ ਬੰਦੇ ਉਹਦੇ ਉੱਤੇ ਬੈਠੇ ਸੀਗੇ ਉਹਦੇ ਦੇ ਕੁਡ ਨਾਟ ਐਕਸਪੈਂਡ ਹਿਸ ਚੈਸਟ ਟੂ ਹੈਵ ਆਕਸੀਜਨ ਸੋ ਹੀ ਵਾਸ ਜਿਹੜਾ ਸਾਗ ਕੋਠੋਇਆ ਇੱਕ ਬੰਦੇ ਕਰਕੇ ਨਹੀਂ ਇਹ ਦੋ ਹੋਰ ਸੀਗੇ ਤੇ ਚੌਥਾ ਵੀ ਉੱਥੇ ਖੜਾ ਦੇਖ ਰਿਹਾ ਸੀਗਾ ਸੋ ਇਟ ਵਾਸ ਵੈਰੀ ਕਰੋ ਇਟ ਵਾਸ ਐਨੀਮਲਿਸਟਿਕ ਆਈ ਥਿੰਕ ਅਮ ਕੇਸ ਨੂੰ ਨਾ ਸੰਭਾਲਿਆ ਗਿਆ ਤੇ ਐਕਸਕਲੇਟ ਹੋਰ ਹੋ ਸਕਦਾ ਹੈ ਜੀ ਐਂਡ ਲੱਗਦਾ ਵੀ ਰਿਹਾ ਕਿ ਸਾਨੂੰ ਲੱਗ ਵੀ ਰਿਹਾ ਕਿ ਸਿਚੁਏਸ਼ਨ ਐਸਕੇਲੇਟ ਹੋ ਰਹੀ ਹੈ ਮੈਂ ਇੱਕ ਹੋਰ ਵੀ ਚੀਜ਼ ਐਡ ਕਰਨਾ ਚਾਹੁੰਦੀ ਜਿਸ ਤਰ੍ਹਾਂ ਕੋਲਰ ਨੇ ਸਾਡੇ ਨਾਲ ਹੁਣੇ ਸ਼ੇਅਰ ਕੀਤਾ ਜੋ ਆਟੌਪਸੀ ਰਿਪੋਰਟ ਸੀਗੀ ਜੋਰਜ ਫਲੋਰਿਡ ਦੀ ਡੈਥ ਤੋਂ ਬਾਅਦ ਉਹਨਾਂ ਨੇ ਵੀ ਇਹ ਗੱਲ ਕਨਫਰਮ ਕੀਤੀ ਕਿ ਉਹਦੀ ਮੌਤ ਨਾ ਕਿ ਸਿਰਫ ਐਸਫਿਕਸिएशन ਸਾਹ ਨਾ ਆਨ ਕਰਕੇ ਹੋਈ ਬਟ ਉਹਨੂੰ ਸਾਹ ਇਸ ਕਰਕੇ ਨਹੀਂ ਆ ਰਿਹਾ ਸੀ ਉਹਦਾ ਹਾਰਟ ਜੋ ਰੁਕਿਆ ਤੇ ਦਿਲ ਰੁਕ ਗਿਆ ਸੀ ਨਾ ਕਿ ਸਿਰਫ ਉਹ ਇੱਕ ਆਫ ਅਫਸਰ ਦੇ ਘੁਟਨੇ ਗਰਦਨ ਤੇ ਉੱਤੇ ਕਰਕੇ ਪਰ ਜੋ ਦੋ ਪਿੱਛੇ ਅਫਸਰ ਉਹਦੀ ਛਾਤੀ ਤੇ ਪਿੱਛੋਂ ਪ੍ਰੈਸ਼ਰ ਪਾ ਰਹੀ ਸੀ ਉਹਨਾਂ ਦੀ ਵੀ ਇਹ ਦੇ ਵਿੱਚ ਹੱਥ ਸੀਗਾ ਇਸ ਅਨਾਰਮਡ ਇਨੋਸੈਂਟ ਆਦਮੀ ਦੀ ਮੌਤ ਦੇ ਵਿੱਚ ਤੇ ਇੱਕ ਬਾਰੀ ਫਿਰ ਸਾਡੀ ਗੱਲ ਇਹ ਨਹੀਂ ਹੋਈ ਕਿ ਉਹ ਡਿਜ਼ਰਵ ਕਰਦਾ ਸੀ ਜਾਂ ਨਹੀਂ ਉਹ ਇਨੋਸੈਂਟ ਸੀਗਾ ਜਾਂ ਨਹੀਂ ਅਗਰ ਆਪਾਂ ਲਾਅ ਐਂਡ ਆਰਡਰ ਇਸ ਦੇਸ਼ ਦੇ ਵਿੱਚ ਦੇਖਣਾ ਮੰਗਦੇ ਆ ਉਸ ਕਰਕੇ ਆਪਾਂ ਇੱਥੇ ਸੈਟਲ ਹੋਏ ਆ ਇਥੇ ਇਮੀਗ੍ਰੇਟ ਹੋਏ ਆ ਕਿ ਇਸ ਕੰਟਰੀ ਦਾ ਲਾਅ ਐਂਡ ਆਰਡਰ ਬਹੁਤ ਵਧੀਆ ਸਿਸਟਮ ਥੈਨ ਸਾਨੂੰ ਉਸ ਲਾਅ ਐਂਡ ਆਰਡਰ ਨੂੰ ਪ੍ਰੋਟੈਕਟ ਕਰਨ ਲਈ ਵੀ ਕੁਝ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿੱਥੇ ਲਾਅ ਐਂਡ ਆਰਡਰ ਬ੍ਰੇਕਡਾਊਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਜੋ ਉਸ ਚੀਜ਼ ਨੂੰ ਇਨਫੋਰਸ ਕਰਦੇ ਆ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਿਟੀਜ਼ਨ ਦੇ ਤੌਰ ਤੇ ਉਸ ਚੀਜ਼ ਨੂੰ ਕਰੈਕਟ ਕਰਨਾ ਉਸ ਚੀਜ਼ ਨੂੰ ਚੈੱਕ ਕਰਨਾ ਜਿੱਥੇ ਲਾਅ ਐਂਡ ਆਰਡਰ ਅਬਿਊਜ਼ ਹੋ ਰਿਹਾ ਹੈ ਸਾਡੇ ਲੀਡਰਸ ਤੋਂ ਆ ਪਾਵੇਂ ਮਿਲਟਰੀ ਦੀ ਫੋਰਸ ਹੋਏ ਸਿਟੀਜ਼ਨ ਸਿਟੀਜ਼ਨਜ਼ ਦੇ ਖਿਲਾਫ ਪਾਵੇਂ ਉਹ ਐਕਸੈਸਿਵ ਪੁਲਿਸ ਦੀ ਯੂਸ ਹੋਏ ਜਿਸ ਤਰ੍ਹਾਂ 트ੰਪ ਨੇ ਕੱਲ ਇੱਕ ਫੋਟੋ ਖਿੱਚਣ ਲਈ ਯੂਜ਼ ਕੀਤੀ ਉਸ ਚੀਜ਼ ਨੂੰ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਚੈੱਕ ਕਰਨਾ ਇੰਡੀਵਿਜੂਅਲ ਤੌਰ ਤੇ ਕਮਿਊਨਿਟੀ ਦੇ ਤੌਰ ਤੇ ਬਿਕੋਜ਼ ਵਾਂਸ ਅਗੇਨ ਜੋ ਇਸ ਤਨਾ ਦੇ ਚੇਂਜਸ ਹੁੰਦੇ ਆ ਉਹ ਸਾਨੂੰ ਦਿੱਤੇ ਨਹੀਂ ਜਾਂਦੇ ਪਲੇਟਰ ਤੇ ਰੱਖ ਕੇ ਉਹਨਾਂ ਲਈ ਸਾਨੂੰ ਲੜਨਾ ਪੈਂਦਾ ਹੈ ਇਹ ਲੜਾਈ ਜੋ ਇਸ ਵੇਲੇ ਯੂਨਾਈਟਿਡ ਸਟੇਟਸ ਵਿੱਚ ਹੋ ਰਹੀ ਹੈ ਬਲੈਕ ਲਾਈਵਜ਼ ਮੈਟਰ ਜ਼ਰੂਰ ਉਹਦੇ ਅੱਗੇ ਲਿਖਿਆ ਹੋਇਆ ਬਟ ਇਹ ਲੜਾਈ ਸਾਡੇ ਸਾਰਿਆਂ ਦੀ ਹੈ ਅਗਰ ਆਪਾਂ ਵੀ ਮਾਈਨੋਰਿਟੀ ਵਿੱਚ ਆਪਣੇ ਆਪ ਨੂੰ ਗਿੰਦੇ ਆਂ ਦੈਨ ਇਹ ਵੀ ਸਾਡੀ ਲੜਾਈ ਹੈ ਐਨ ਇਸ ਚੀਜ਼ ਦੇ ਪਿੱਛੇ ਸਾਨੂੰ ਸਾਰਿਆਂ ਨੂੰ ਖੜਾ ਹੋਣਾ ਪੈਣਾ ਹੈ ਜੋ ਪੀਸਫੁੱਲ ਪ੍ਰੋਟੈਸਟ ਹਨ ਉਹ ਬਹੁਤ ਇੰਪੋਰਟੈਂਟ ਹਨ ਪਰ ਉਸ ਤੋਂ ਵੱਧ ਸਾਡਾ ਹੋਰ ਐਕਸ਼ਨ ਹੋਣਾ ਚਾਹੀਦਾ ਹੈ ਇਸ ਮੂਵਮੈਂਟ ਤੇ ਵਿੱਚ ਤੇ ਇੱਥੇ ਹੀ ਮੈਂ ਸ਼ੋ ਸਮਾਪਤ ਕਰਦੀ ਹਾਂ ਤੁਸੀਂ ਜ਼ਰੂਰ ਆਪਣੇ ਵਿਚਾਰ ਆਪਣੇ ਕਮੈਂਟਸ ਕੁਐਸਚਨਸ ਇਸ ਵਿਸ਼ੇ ਤੇ ਜਾਂ ਹੋਰ ਕਿਸੇ ਵਿਸ਼ੇ ਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ info@justbroadcasting.com ਆਸ਼ਮਿਤਾ at justbroadcasting.com. Minnu, deo ijazat. Sat